ਗਲਤੀਆਂ ਦਾ ਕੰਮ ਨਹੀਂ ਕੀਤਾ ਤਾਂ ਸਕੂਲ ਦੇ ਵਿੱਚੋਂ ਫਰਾਰ ਹੋ ਗਿਆ 10 ਸਾਲ ਦਾ ਬੱਚਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਮਾਪੇ ਉਹ ਨੇ ਜਿਨ੍ਹਾਂ ਦਾ ਬੱਚਾ ਵਰਦੀ ਪਾ ਕੇ ਸਕੂਲ ਦੇ ਵਿੱਚ ਦਾਖਲ ਹੋਇਆ ਸੀ ਪਰ ਉੱਥੋਂ ਫਰਾਰ ਹੋ ਗਿਆ ਕਿਉਂਕਿ ਉਸਨੇ ਛੁੱਟੀਆਂ ਦਾ ਕੰਮ ਨਹੀਂ ਕੀਤਾ ਸੀ। ਡਰ ਦੇ ਮਾਰੇ ਸਕੂਲ ਦੇ ਵਿੱਚੋਂ ਭੱਜ ਗਿਆ। ਭੱਜਦੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਨਜ਼ਰ ਆ ਰਿਹਾ ਇਹ ਬੱਚਾ ਜਿਸਨੇ ਸਕੂਲ ਦੀ ਵਰਦੀ ਪਾਈ ਹੋਈ ਹੈ। ਦੱਸਦੀ ਹੈ ਕਿ ਇਹ ਬੱਚਾ ਸਕੂਲ ਦੇ ਕਲਾਸਰੂਮ ਦੇ ਵਿੱਚ ਆਪਣਾ ਬੈਗ ਛੱਡ ਕੇ ਭੱਜ ਗਿਆ ਤਾਂ ਜਿਉਂ ਹੀ ਮਾਪਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਕੂਲ ਦੇ ਬਾਹਰ ਆ ਕੇ ਖੂਬ ਹੰਗਾਮਾ ਕੀਤਾ, ਸੁਰੱਖਿਆ ਗਾਰਡ 'ਤੇ ਇਲਜ਼ਾਮ ਲਗਾਏ ਨੇ। ਉਹਨਾਂ ਦੱਸਿਆ ਕਿ ਉਹਨਾਂ ਦੇ 8 ਤੋਂ 10 ਬੱਚੇ ਇਸੇ ਸਕੂਲ ਦੇ ਵਿੱਚ ਪੜ੍ਹਦੇ ਨੇ। ਜਦ ਬੱਚਾ ਸਕੂਲ ਦੇ ਵਿੱਚ ਐਂਟਰ ਹੋ ਚੁੱਕਿਆ ਸੀ ਤਾਂ ਫਿਰ ਬਾਹਰ ਕਿਵੇਂ ਆਇਆ ਤਾਂ ਉਹਨਾਂ ਨੇ ਸੁਰੱਖਿਆ ਮੁਲਾਜ਼ਮਾਂ 'ਤੇ ਕਈ ਸਵਾਲ ਚੁੱਕੇ ਨੇ। ਜਿਉਂ ਹੀ ਇਹ ਖਬਰ ਫੈਲੀ ਤਾਂ ਪੁਲਿਸ ਹਰਕਤ ਵਿੱਚ ਆਈ। ਮਾਮਲਾ ਲੁਧਿਆਣਾ ਦੇ ਸੁਭਾਸ਼ ਨਗਰ ਇਲਾਕੇ ਦਾ ਹੈ ਜਿੱਥੇ ਇੱਕ ਨਿੱਜੀ ਸਕੂਲ ਦੇ ਵਿੱਚ ਪੜ੍ਹਨ ਵਾਲਾ 10 ਸਾਲ ਦਾ ਬੱਚਾ ਜਿਸਨੇ ਛੁੱਟੀਆਂ ਦਾ ਕੰਮ ਨਹੀਂ ਕੀਤਾ ਸੀ ਉਹ ਫਰਾਰ ਹੋ ਗਿਆ। ਜਿਉਂ ਹੀ ਇਹ ਖਬਰ ਪੁਲਿਸ ਦੇ ਕੰਨਾਂ ਤੱਕ ਪੁੱਜੀ ਤਾਂ ਪੁਲਿਸ ਹਰਕਤ ਵਿੱਚ ਆਈ ਤਾਂ ਬੱਚੇ ਨੂੰ ਪੁਲਿਸ ਨੇ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ। ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਪਰਿਵਾਰ ਉਹ ਹੈ ਜਿਨ੍ਹਾਂ ਦਾ ਬੱਚਾ ਸਕੂਲ ਦੇ ਵਿੱਚੋਂ ਭੱਜ ਗਿਆ ਸੀ ਕਿਉਂਕਿ ਉਸਨੇ ਛੁੱਟੀਆਂ ਦਾ ਕੰਮ ਨਹੀਂ ਕੀਤਾ। ਤਾਂ ਬੱਚੇ ਨੂੰ ਇੰਝ ਸੀ ਕਿ ਸਕੂਲ ਦੇ ਅਧਿਆਪਕ ਉਸ ਨੂੰ ਕੁੱਟਣਗੇ ਜਾਂ ਝਿੜਕਣਗੇ, ਇਸੇ ਡਰ ਤੋਂ ਹੀ ਉਹ ਸਕੂਲ ਦੇ ਵਿੱਚੋਂ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੇ ਸਕੂਲ ਦਾ ਕੰਮ ਨਹੀਂ ਕੀਤਾ ਸੀ ਜਿਸ ਕਾਰਨ ਉਹ ਸਕੂਲੋਂ ਭੱਜ ਗਿਆ, ਜਦਕਿ ਸਕੂਲ ਦੀ ਜ਼ਿੰਮੇਵਾਰੀ ਬਾਰੇ ਉਹਨਾਂ ਨੇ ਜਾਂਚ ਕਰਨ ਦੀ ਗੱਲ ਕਹੀ। ਬੱਚਾ ਬਾਹਰ ਚਲਾ ਗਿਆ, ਮੈਂ ਕਿਹਾ ਬੱਚਾ ਬਾਹਰ ਗਿਆ ਕਿਉਂ ਹੈ? ਇਹ ਦੇਖੋ ਮੇਰੇ ਕੋ ਵੀਡੀਓ ਭੇਜਿਆ ਇਹਨਾਂ ਨੇ, ਇਹ ਵੀਡੀਓ ਭੇਜਿਆ ਕਹਿੰਦਾ ਬੱਚਾ ਬਾਹਰ ਚਲਾ ਗਿਆ, ਇਹ ਦਿਖਾਓ ਜੀ ਬਾਹਰ ਨਿਕਲ ਗਿਆ, ਬਾਹਰ ਗੇਟ ਦੇ ਬਾਹਰ ਭੇਜ ਗਿਆ ਬੱਚਾ ਬਾਹਰ ਕਿਉਂ ਨਿਕਲ ਗਿਆ ਬੱਚਾ ਬਾਹਰ ਜੀ ਸਟੋਕ ਗਾਰਡ ਕਿਉਂ ਰੱਖੇ ਫਿਰ ਇਹ ਵੀਡੀਓ ਭੇਜ ਦਿਆ ਮੈਂ ਹੋਰ ਕੁਛ ਨਹੀਂ ਹੈ ਸਟੋਕ ਰਿਕਾਰਡ ਕੈਸੇ ਰੱਖੇ ਫਿਰ ਸਟੋਕ ਰਿਕਾਰਡ ਕੋ ਹਟਾ ਉਸਕੋ ਹੈ ਕੱਲ ਆਸ ਤੋ ਹਮਾਰਾ ਬੱਚਾ ਹੋ ਗਿਆ 10 ਸਾਲ ਕਾ ਹਮਾਰਾ 10 ਬੱਚਾ ਪੜ ਰਹੇ ਉਧਰ ਢੂੰਡ ਕੇ ਲੈ ਗਏ ਹਮਾਰਾ 10 ਬੱਚਾ ਇਸ ਸਕੂਲ ਮੇ ਪੜ ਰਹੇ ਹੈ ਕੱਲ ਹੋਰ ਬੱਚਾ ਚਲਾ ਜਾਏਗਾ ਹਮਾਰਾ ਫਿਰ ਹਮ ਕੀ ਕਰੇਗਾ ਤੋ ਆਸ ਤੋ ਹਮਾਰ ਕੋ ਹੈ ਜਮਾਰੀ ਤੋ ਬੜੀ ਚੀ ਨਾ 10 ਸਾਲ ਕੀ ਹੈ 9:30 ਵਜੇ ਗਿਆ ਹੈ ਬਤਾ 11 ਵਜੇ 12 ਵਜੇ ਹੋਰ ਬੱਚੇ ਪੜਦੇ ਮੇਰੇ ਆਪ ਬੱਚਾ ਆਪਕਾ ਸਕੂਲ ਇੰਟਰ ਮੇ ਕੀਆ ਐਂਟਰ ਕੀਆ ਸਰ ਸਕੂਲ ਬੈਗ ਅੰਦਰ ਕਲਾਸਰੂਮ ਮੇ ਉਸਕਾ ਕਲਾਸਰੂਮ ਮੇ ਬੈਗ ਹੈ ਉਸਕਾ ਉਸਕੀ ਹਾਜ਼ਰੀ ਲਗੀ ਹੈ ਹਾਜ਼ਰੀ ਨਹੀਂ ਲਗੀ ਹੈ ਹਾਜ਼ਰੀ ਨਹੀਂ ਲਗੀ ਕਲਾਸਰੂਮ ਮੇ ਬੈਗ ਗਿਆ ਉਸਕਾ ਆਪ ਬੱਚੇ ਕਾ ਅੰਦਰ ਜਾਤੇ ਕਾ ਵੀਡੀਓ ਆਪਕੇ ਪਾਸ ਹੈ ਅੰਦਰ ਜਾਤੇ ਕਾ ਵੀਡੀਓ ਹੈ ਬਾਹਰ ਜਾਤੇ ਕਾ ਵੀਡੀਓ ਉਹ ਬੱਚੇ ਯਹਾਂ ਪੜਤੇ ਹੈ ਹਾਂ 8 ਬੱਚੇ ਪੜਤੇ ਹੈ ਜੋਲ ਆਪਕੇ 7 ਬੱਚੇ ਅੰਦਰ ਮੌਜੂਦ ਹੈ 7 ਬੱਚੇ ਮੌਜੂਦ ਹੈ ਜੀ ਮੈਂ ਉਨਸੇ ਪੁੱਛਾ ਕਿ ਆਪਕਾ ਮੈਨੇ ਪੁੱਛਾ ਥਾ ਜੀ ਜੋ ਮੇਰਾ ਆਪਣਾ ਬੜੇ ਵਾਲਾ ਮੁੰਡਾ ਬੋਲ ਰਿਹਾ ਹੈ ਮੈਂ ਅੰਦਰ ਤੱਕ ਲੈ ਕੇ ਗਿਆ ਤਾ ਕਲਾਸ ਤੱਕ ਉਸਕੇ ਬਾਅਦ ਮੈਂ ਗਾਇਬ ਹੋਇਆ ਉਸਕੇ ਬਾਅਦ ਮੈਂ ਵਾਪਸ ਭਾਗ ਗਿਆ ਪਤਾ ਕਿਵੇਂ ਭਾਗ ਗਿਆ ਉਹ ਤਾਂ ਸਟੋਕ ਰਿਕਾਰਡ ਕੋ ਧਿਆਨ ਰੱਖਣਾ ਚਾਹੀਦਾ ਆਪ ਕੀ ਮੰਗ ਕਰਦੇ ਹੋ ਅਬ ਮੇਰੇ ਬੱਚੇ ਕੋ ਢੂੰਡ ਕੇ ਦੇ ਦਈਏ ਔਰ ਕੀ ਮੰਗੇ ਮੇਰੇ ਸਕੂਲ ਵਾਲੇ ਮੈਂ ਤੇ ਇਹੀ ਮੰਗ ਹੈ ਆਪਣੇ ਪੁਲਿਸ
पुलिस को कंप्लेंट की है, पुलिस वाले अंदर है लेकिन पुलिस वाले बात नहीं सुन रहे मेरी। और पुलिस वाले सब इनको मैडम मेरे को धमकियां दे रही है, प्रिंसिपल मैडम, प्रिंसिपल मैडम धमकियां दे रही है कि आपका बच्चा ऐसे रोज भागता है, ऐसे बोल रही है वो मैडम। अगर वो बच्चा आपका बोल रहे हैं कि रोज भागता, आपको प्रिंसिपल की तरफ से स्कूल की तरफ से कभी कोई शिकायत की गई? कोई शिकायत नहीं की गई मेरे को, डेढ़ साल हो गया बच्चों को, अभी तो कोई शिकायत नहीं हुई है। ये बच्चा है आकाश नाम है जी, ये सवेरे घरों गया ते स्कूल, पहला छुट्टियां सी गया, पहले दिन ही स्कूल गया छुट्टियां के बाद, इन्हें होमवर्क नहीं कंप्लीट किया जी बच्चे ने, ते घरों गया उतो स्कूल जाके डर गया ते तो बैग सुट के नाल दी नाल स्कूल चो बाहर निकल गया। ते फिर ये फादर स्कूल वालों फादर नूं मैसेज आया भी तुहाडा बच्चा स्कूल च है नहीं गा, फादर ने स्कूल फादर नूं मैसेज किया, स्कूल ने नाले पुलिस नूं किया। फिर असीं मौके ते पहुंचे, कैमरे सीसीटीवी फुटेज वगैरह चैक करके ते फिर बच्चा रिकवर कर लिया, ਉਹਦੇ ਪੇਰੈਂਟਸ ਦੇ ਹਵਾਲੇ ਕਰਤਾ। ਸਰ ਕਿਤੇ ਲੱਗ ਰਿਹਾ ਕਿ ਸਕੂਲ ਵਾਲਾ ਬਹੁਤ ਵੱਡੀ ਇੱਕ ਲਾਪਰਵਾਹੀ ਆ, ਕਿ ਗਾਰਡ ਦੀ ਜ਼ਿੰਮੇਵਾਰੀ ਬਣਦੀ ਆ ਬੱਚਾ ਅੰਦਰ ਜਾ ਰਿਹਾ ਅੰਦਰ ਚੈੱਕ ਕੀਤਾ ਜਾਵੇ, ਉਹ ਸਭ ਤੋਂ ਵੱਡੀ ਗੱਲ ਆ ਵੀ ਬੱਚੇ ਨੇ ਯੂਨੀਫਾਰਮ ਪਾਈ ਸੀ, ਬਿਨਾਂ ਯੂਨੀਫਾਰਮ ਦਾ ਨਹੀਂ ਸੀਗਾ। ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਬਾਅਦ ਚ ਦੇਖਾਂਗੇ ਕੀ ਬਣਦਾ।